ਦੋਸਤੋ, ਅੱਜ ਦੀ ਜੋ ਕਹਾਣੀ ਤੁਹਾਨੂੰ ਦੱਸਾਂਗੇ ਉਸ ਨੂੰ ਸੁਣ ਕੇ ਤੁਸੀਂ ਵੀ ਪਿਆਰ ਤੇ ਭਰੋਸਾ ਕਰਨਾ ਛੱਡ ਦਵੋਗੇ ਅਤੇ ਸੋਸ਼ਲ ਮੀਡੀਆ ਤੇ ਪਿਆਰ ਕਰਨ ਤੋਂ ਪਹਿਲਾਂ ਤੁਸੀਂ ਵੀ ਹਜ਼ਾਰਾਂ ਵਾਰ ਸੋਚੋਗੇ। ਅੱਜ ਦੀ ਇਹ ਕਹਾਣੀ ਸੁਣ ਕੇ ਤੁਸੀਂ ਸਮਝ ਜਾਓਗੇ ਕਿ ਅਸੀਂ ਤੁਹਾਡੇ ਤੱਕ ਕੀ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ। ਦੋਸਤੋ, ਇੱਕ ਰਾਜੇਸ਼ ਨਾਮ ਦਾ ਮੁੰਡਾ ਸੀ ਜੋ ਕਿ ਫੇਸਬੁੱਕ ਚਲਾਉਂਦਾ ਸੀ, ਪਰ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਫੇਸਬੁੱਕ ਦਾ ਕਰੇਜ਼ ਤੇ ਅੱਜ ਕੱਲ੍ਹ ਹਰ ਇੱਕ ਨੂੰ ਹੈ। ਫ੍ਰੀ ਟਾਈਮ ਲੋਕ ਫੇਸਬੁੱਕ ਯੂਜ਼ ਕਰਦੇ ਨੇ ਅਤੇ ਜਿਸ ਨਾਲ ਉਹਨਾਂ ਦਾ ਟਾਈਮ ਵਧੀਆ ਲੰਘ ਜਾਂਦਾ ਹੈ। ਪਰ ਜੇਕਰ ਦੇਖਿਆ ਜਾਵੇ ਫੇਸਬੁੱਕ ਹੋਵੇ ਜਾਂ ਫਿਰ ਸੋਸ਼ਲ ਮੀਡੀਆ ਦਾ ਕੋਈ ਹੋਰ ਐਪ, ਕਿਤੇ ਨਾ ਕਿਤੇ ਲੋਕ ਇਸ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਜਾਂ ਫਿਰ ਇਸ ਨੂੰ ਗਲਤ ਇਸਤੇਮਾਲ ਕਰਦੇ ਨੇ। ਇਸ ਕਹਾਣੀ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਹੈ। 22 ਸਾਲਾ ਰਾਜੇਸ਼ ਨੂੰ ਫੇਸਬੁੱਕ ਤੇ ਇੱਕ ਹਰਿਆਣੇ ਦੀ ਰਹਿਣ ਵਾਲੀ ਪੱਲਵੀ ਨਾਮ ਦੀ ਲੜਕੀ ਨਾਲ ਪਿਆਰ ਹੋ ਗਿਆ ਅਤੇ ਉਹ ਮੈਸੇਜ ਤੇ ਗੱਲ ਕਰਨ ਲੱਗੇ। ਆਪਸ ਵਿੱਚ ਦਿਲ ਦੀਆਂ ਗੱਲਾਂ ਵੀ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਈ ਦਿਨ ਬੀਤ ਜਾਣ ਤੇ ਮੁੰਡੇ ਨੇ ਜਦੋਂ ਪੱਲਵੀ ਤੋਂ ਉਸਦਾ ਫੋਨ ਨੰਬਰ ਮੰਗਿਆ ਤਾਂ ਉਸਨੇ ਨੰਬਰ ਦੇਣ ਤੋਂ ਮਨਾ ਕਰ ਦਿੱਤਾ। ਪਰ ਜਦੋਂ ਰਾਜੇਸ਼ ਨੇ ਇਸਦਾ ਰੀਜ਼ਨ ਪੁੱਛਿਆ ਤਾਂ ਉਸਨੇ ਕਿਹਾ ਕਿ ਮੇਰੇ ਘਰ ਦੇ ਪਿਆਰ ਦੇ ਸਖ਼ਤ ਖਿਲਾਫ਼ ਨੇ ਅਤੇ ਉਹ ਪਿਆਰ ਦੀਆਂ ਗੱਲਾਂ ਤੋਂ ਬਹੁਤ ਨਫ਼ਰਤ ਕਰਦੇ ਨੇ। ਪੱਲਵੀ ਨੇ ਰਾਜੇਸ਼ ਨੂੰ ਕਿਹਾ ਕਿ ਹੋ ਸਕੇ ਤਾਂ ਤੁਸੀਂ ਮੇਰੇ ਨਾਲ ਮੈਸੇਜ ਤੇ ਹੀ ਗੱਲ ਕਰ ਲਿਆ ਕਰੋ ਕਿਉਂਕਿ ਮੈਨੂੰ ਮੇਰੇ ਘਰ ਦੇ ਹਾਲਾਤਾਂ ਦਾ ਪਤਾ ਹੈ। ਪਰ ਜਦੋਂ ਰਾਜੇਸ਼ ਨੇ ਪਹਿਲੀ ਵਾਰ ਪੱਲਵੀ ਦੀ ਫੇਸਬੁੱਕ ਤੇ ਫੋਟੋ ਦੇਖੀ ਤਾਂ ਉਹ ਉਸ ਤੇ ਫਿਦਾ ਹੋ ਗਿਆ। ਪੱਲਵੀ ਨਾਲ ਕੁਝ ਸਮਾਂ ਗੱਲਾਂ ਕਰਨ ਦੇ ਬਾਅਦ ਜਦੋਂ ਰਾਜੇਸ਼ ਨੇ ਆਪਣੇ ਘਰ ਪੱਲਵੀ ਦੀ ਫੋਟੋ ਦਿਖਾਈ ਤਾਂ ਉਸਨੇ ਕਹਿ ਦਿੱਤਾ ਕਿ ਮਾਂ, ਮੈਂ ਇਸ ਨਾਲ ਹੀ ਵਿਆਹ ਕਰਵਾਵਾਂਗਾ ਅਤੇ ਮੈਂ ਇਸ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਮੈਨੂੰ ਇਹ ਬਹੁਤ ਪਸੰਦ ਹੈ। ਜਦੋਂ ਰਾਜੇਸ਼ ਦੇ ਘਰਦਿਆਂ ਨੇ ਪੱਲਵੀ ਦੀ ਫੋਟੋ ਦੇਖੀ ਤਾਂ ਉਹਨਾਂ ਨੇ ਦੇਖਿਆ ਕਿ ਲੜਕੀ ਸੋਹਣੀ ਹੈ ਅਤੇ ਉਹਨਾਂ ਨੇ ਵੀ ਹਾਂ ਕਰ ਦਿੱਤੀ। ਰਾਜੇਸ਼ ਦੇ ਘਰ ਦੇ ਮੰਨ ਜਾਣ ਮਗਰੋਂ ਬਾਅਦ ਵਿੱਚ ਰਾਜੇਸ਼ ਨੇ ਇਹ ਗੱਲ ਪੱਲਵੀ ਨੂੰ ਦੱਸੀ, ਪਰ ਪੱਲਵੀ ਨੇ ਸਿੱਧਾ ਰਾਜੇਸ਼ ਨੂੰ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਮੈਂ ਵਿਆਹ ਨਹੀਂ ਕਰਵਾ ਸਕਦੀ ਕਿਉਂਕਿ ਮੈਂ ਬਹੁਤ ਗਰੀਬ ਘਰ ਤੋਂ ਹਾਂ ਅਤੇ ਦੂਸਰਾ ਘਰ ਦੇ ਨਹੀਂ ਮੰਨਣਗੇ। ਲੜਕੀ ਨੇ ਕਿਹਾ ਕਿ ਮੇਰੇ ਘਰ ਦੇ ਤਾਂ ਮੇਰੀ ਫੀਸ ਵੀ ਨਹੀਂ ਭਰ ਸਕਦੇ। ਅੱਗੋਂ ਰਾਜੇਸ਼ ਨੇ ਕਿਹਾ ਕਿ ਤੂੰ ਟੈਨਸ਼ਨ ਨਾ ਲੈ, ਤੇਰੀਆਂ ਫੀਸਾਂ ਮੈਂ ਹੀ ਭਰ ਦੇਵਾਂਗਾ ਅਤੇ ਉਹ ਪੱਲਵੀ ਨੂੰ ਲੋੜ ਪੈਣ ਤੇ ਕਦੀ 7,000 ਕਦੀ 8,000 ਭੇਜ ਦਿੰਦਾ ਸੀ। ਪਰ ਕਈ ਵਾਰ ਪੱਲਵੀ ਤੇ ਰਾਜੇਸ਼ ਇਸ ਤਰ੍ਹਾਂ ਹੀ ਮਦਦ ਕਰਦਾ ਰਹਿੰਦਾ ਅਤੇ ਲੋੜ ਪੈਣ ਤੇ ਉਸਨੂੰ ਪੈਸੇ ਭੇਜਦਾ ਰਹਿੰਦਾ। ਆਖਿਰ ਇੱਕ ਦਿਨ ਉਸਨੇ ਪੱਲਵੀ ਨੂੰ ਕਿਹਾ ਕਿ ਮੈਂ ਤੈਨੂੰ ਮਿਲਣਾ ਹੈ ਅਤੇ ਮੈਂ ਤੇਰੇ ਘਰਦਿਆਂ ਨਾਲ ਆਪਣੇ ਵਿਆਹ ਦੀ ਗੱਲ ਕਰਨੀ ਹੈ। ਪਰ ਰਾਜੇਸ਼ ਦੀ ਇਹ ਗੱਲ ਕਹਿਣ ਮਗਰੋਂ ਪੱਲਵੀ ਨੇ ਆਪਣਾ ਫੇਸਬੁੱਕ 2 ਦਿਨਾਂ ਲਈ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਰਾਜੇਸ਼ ਨੇ ਪੱਲਵੀ ਨੂੰ ਮੈਸੇਜ ਤੇ ਮੈਸੇਜ ਭੇਜੇ ਪਰ ਪੱਲਵੀ ਵੱਲੋਂ ਕੋਈ ਵੀ ਜਵਾਬ ਨਾ ਆਇਆ। 2 ਦਿਨ ਬੀਤ ਜਾਣ ਮਗਰੋਂ ਜਦੋਂ ਪੱਲਵੀ ਨੇ ਰਿਪਲਾਈ ਕੀਤਾ ਤਾਂ ਰਾਜੇਸ਼ ਨੇ ਗੁੱਸੇ ਵਿੱਚ ਕਿਹਾ ਕਿ ਤੂੰ ਮੈਨੂੰ ਮੈਸੇਜ ਦਾ ਰਿਪਲਾਈ ਕਿਉਂ ਨਹੀਂ ਕਰਦੀ। ਪੱਲਵੀ ਨੇ ਕਿਹਾ ਕਿ ਮੈਂ ਬਹੁਤ ਬਿਮਾਰ ਸੀ, ਮੇਰੇ ਵਿੱਚ ਤਾਂ ਇੰਨੀ ਹਿੰਮਤ ਵੀ ਨਹੀਂ ਸੀ ਕਿ ਮੈਂ ਤੁਹਾਡੇ ਮੈਸੇਜ ਦਾ ਰਿਪਲਾਈ ਕਰ ਸਕਦੀ। ਅਤੇ ਪੱਲਵੀ ਨੇ ਫਿਰ ਮੋੜ ਕੇ ਜਵਾਬ ਦਿੱਤਾ ਕਿ ਮੈਂ ਤਾਂ ਅਜੇ ਵੀ ਬਹੁਤ ਬਿਮਾਰ ਹਾਂ ਅਤੇ ਮੇਰੇ ਇਲਾਜ ਲਈ 50,000 ਰੁਪਏ ਲੱਗਣਗੇ, ਤੁਸੀਂ ਮੈਨੂੰ ਜਲਦ ਤੋਂ ਜਲਦ 50,000 ਰੁਪਏ ਭੇਜ ਦਿਓ। ਰਾਜੇਸ਼ ਨੂੰ ਇਸ ਗੱਲ ਦੀ ਟੈਨਸ਼ਨ ਹੋ ਗਈ ਕਿ ਉਹ ਪਤਾ ਨਹੀਂ ਕਿੰਨੀ ਕੁ ਬਿਮਾਰ ਹੋਣੀ ਅਤੇ ਰਾਜੇਸ਼ ਨੇ ਉਸਨੂੰ 50,000 ਰੁਪਏ ਭੇਜੇ। ਜਦੋਂ ਪੱਲਵੀ ਨੇ ਉਸਨੂੰ ਅਕਾਊਂਟ ਨੰਬਰ ਸੈਂਡ ਕੀਤਾ ਤੇ ਪੱਲਵੀ ਨੇ ਉਸਨੂੰ ਅੱਗੋਂ ਕਹਿ ਦਿੱਤਾ ਕਿ ਇਹ ਮੇਰੇ ਭਰਾ ਵਿੱਕੀ ਦਾ ਅਕਾਊਂਟ ਨੰਬਰ ਹੈ। ਜਦੋਂ ਹੀ ਰਾਜੇਸ਼ ਨੇ ਪੱਲਵੀ ਦੇ ਅਕਾਊਂਟ ਵਿੱਚ 50,000 ਰੁਪਏ ਟ੍ਰਾਂਸਫਰ ਕਰ ਦਿੱਤੇ, ਰਾਜੇਸ਼ ਦੇ ਪੈਸੇ ਭੇਜਣ ਉਪਰੰਤ ਹੀ ਪੱਲਵੀ ਦਾ ਫੇਸਬੁੱਕ ਅਕਾਊਂਟ ਬੰਦ ਹੋ ਗਿਆ, ਜਿਸ ਤੋਂ ਬਾਅਦ ਰਾਜੇਸ਼ ਕੋਲ ਨਾ ਹੀ ਤਾਂ ਪੱਲਵੀ ਦਾ ਕੋਈ ਮੈਸੇਜ ਅਤੇ ਨਾ ਹੀ ਕੋਈ ਕਾਲ ਆਈ। ਬਾਅਦ ਵਿੱਚ ਜਦੋਂ ਰਾਜੇਸ਼
ਦੋ ਤਿੰਨ ਦਿਨ ਤੱਕ ਉਸਦੀ ਵੇਟ ਕਰਦਾ ਰਿਹਾ ਕਿ ਉਸਦਾ ਮੈਸੇਜ ਆਵੇ ਅਤੇ ਉਸ ਨਾਲ ਗੱਲ ਕਰੇ। ਫਿਰ ਜਦੋਂ ਇਹੀ ਗੱਲ ਰਜੇਸ਼ ਨੇ ਆਪਣੇ ਘਰਦਿਆਂ ਨਾਲ ਸਾਂਝੀ ਕੀਤੀ ਤੇ ਉਸਦੇ ਘਰਦਿਆਂ ਨੇ ਅੱਗੋਂ ਇਸ ਗੱਲ ਤੇ ਸ਼ੱਕ ਜ਼ਾਹਿਰ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਜਿਸ ਅਕਾਊਂਟ ਵਿੱਚ ਤੂੰ ਪੈਸੇ ਪਵਾਏ ਨੇ ਉਸ ਅਕਾਊਂਟ ਦਾ ਐਡਰੈਸ ਕਢਵਾ ਲੈਂਦੇ ਹਾਂ ਅਤੇ ਪਤਾ ਕਰਦੇ ਹਾਂ ਕਿ ਗੱਲ ਕੀ ਹੋਈ ਹੈ। ਜਿਸ ਤੋਂ ਬਾਅਦ ਉਸਦੇ ਘਰਦਿਆਂ ਨੇ ਅਕਾਊਂਟ ਦਾ ਐਡਰੈਸ ਕਢਵਾਇਆ ਅਤੇ ਉਹ ਐਡਰੈਸ ਹਰਿਆਣੇ ਦਾ ਨਿਕਲਿਆ। ਜਦੋਂ ਉਹ ਐਡਰੈਸ ਤੇ ਉਸ ਘਰ ਵਿੱਚ ਪਹੁੰਚੇ ਤਾਂ ਦੇਖਿਆ ਕਿ ਉਸ ਘਰ ਵਿੱਚ ਤਿੰਨੋਂ ਮੈਂਬਰ ਸਨ, ਵਿੱਕੀ ਅਤੇ ਉਸਦੇ ਮਾਤਾ ਪਿਤਾ। ਪਰ ਉਹਨਾਂ ਨੇ ਦੇਖਿਆ ਕਿ ਪਰ ਹੁਣ ਤੱਕ ਜੋ ਰਜੇਸ਼ ਨੂੰ ਪਾਗਲ ਬਣਾ ਰਿਹਾ ਸੀ ਉਹ ਕੋਈ ਪੱਲਵੀ ਨਹੀਂ ਸੀ, ਬਲਕਿ ਵਿੱਕੀ ਹੀ ਲੜਕੀ ਬਣ ਕੇ ਰਜੇਸ਼ ਨਾਲ ਗੱਲ ਕਰ ਰਿਹਾ ਸੀ ਅਤੇ ਉਸਨੂੰ ਪਾਗਲ ਬਣਾ ਕੇ ਉਸ ਤੋਂ ਪੈਸੇ ਐਂਠ ਰਿਹਾ ਸੀ। ਦੋਸਤੋ, ਅਸੀਂ ਤੁਹਾਨੂੰ ਇਹੀ ਦੱਸਣਾ ਚਾਹੁੰਦੇ ਹਾਂ ਕਿ ਫੇਸਬੁੱਕ ਤੇ ਪਿਆਰ ਕਰਨ ਨਾਲੋਂ ਪਹਿਲਾਂ ਹਜ਼ਾਰ ਵਾਰ ਸੋਚ ਲਿਆ ਕਰੋ, ਕਿਉਂਕਿ ਤੁਸੀਂ ਵੀ ਇਸ ਤਰ੍ਹਾਂ ਕਿਸੇ ਧੋਖੇ ਦਾ ਸ਼ਿਕਾਰ ਨਾ ਹੋ ਜਾਵੋ। ਸੋ ਦੋਸਤੋ, ਸਾਡੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਸਹੀ ਲੱਗੀ ਹੈ ਜਾਂ ਗਲਤ, ਕਿ ਤੁਹਾਨੂੰ ਇਸ ਤਰ੍ਹਾਂ ਕਿਸੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਾਂ ਨਹੀਂ। ਚਮਤਕਾਰ ਹੁੰਦੇ ਨੇ ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਪਾਓ ਹਰ ਪਰੇਸ਼ਾਨੀ ਦਾ ਹੱਲ। 7 ਦਿਲਾਂ ਦੇ ਮਾਹਿਰ, ਮੇਰੇ ਕਿੱਤੇ ਨੂੰ ਕੋਈ ਘੱਟ ਨਹੀਂ ਸਕਦਾ, ਸਪੈਸ਼ਲਿਸਟ ਲਵ ਮੈਰਿਜ, ਵਸ਼ੀਕਰਨ, ਲੋਟਰੀ ਨੰਬਰ, ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ 'ਚ ਅਣਬਣ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਨਸ਼ਾ ਜਾਂ ਬੁਰੀ ਸੰਗਤ ਛੁਡਵਾਉਣਾ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸਨੂੰ ਆਪਣੇ ਵਸ 'ਚ ਕਰੋ, ਲੋਟਰੀ ਨੰਬਰ ਪਾਓ 6-4-9 ਹੋਵੇ ਜਾਂ ਲੋਟੋਮੈਕਸ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਅਤੇ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 9996826004